subscribe to our YouTube channel. Press the bell icon to get the latest update. ਪੰਜਾਬ ਦੀ ਹੋਨਹਾਰ ਪ੍ਰੈਸ ਦੇ ਨਾਲ ਅੱਜ ਵਾਰਤਾਲਾਪ ਕਰਨ ਦਾ ਇੱਕ ਜਿਹੜਾ ਮੌਕਾ ਵਾ ਔਰ ਖਾਸ ਤੌਰ ਤੇ ਅੱਜ ਇਸ ਕਰਕੇ ਇੰਪੋਰਟੈਂਟ ਬਣ ਜਾਂਦੀ ਕਿਉਂਕਿ ਤੁਸੀਂ ਸਾਰੇ ਵੇਖ ਹੀ ਰਹੇ ਹੋਗੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਉੱਤੇ ਜਿਹੜੇ ਸਭ ਤੋਂ ਸਾਡੇ ਟੌਲੈਸਟ ਲੀਡਰ ਆ ਰਾਹੁਲ ਗਾਂਧੀ ਜੀ ਉਹਨਾਂ ਦਾ ਭਾਵੇਂ ਤੁਸੀਂ ਨੈਸ਼ਨਲ ਮੀਡੀਆ ਵੇਖ ਲਓ ਭਾਵੇਂ ਇੰਟਰਨੈਸ਼ਨਲ ਨੀਰੀ ਤੁਸੀਂ ਵੇਖ ਲਓ ਜਿਸ ਤਰੀਕੇ ਦਾ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਸਮਰਥਨ ਵੀ ਮਿਲ ਰਿਹਾ ਵਾ ਔਰ ਜਿਹੜਾ ਉਹਨਾਂ 'ਤੇ ਜਿਹੜੀ ਤਸ਼ੱਦਦ ਹੋ ਰਹੀ ਆ ਉਹਨੂੰ ਲੈ ਕੇ ਅੱਜ ਅਸੀਂ ਤੁਹਾਡੇ ਸਾਹਮਣੇ ਆਏ ਹਾਂ ਪਾਰਟੀ ਵੱਲੋਂ ਪ੍ਰੋਗਰਾਮ ਉਲੀਕੇ ਗਏ ਆ ਲੋਕਾਂ ਵਿੱਚ ਜਾਣ ਦਾ ਇੱਕ ਜਿਹੜਾ ਪ੍ਰੋਗਰਾਮ ਬਣਿਆ ਸੀਗਾ AICC ਵੱਲੋਂ ਜਿਹਦੇ ਵਿੱਚ ਰਾਜਾ ਵੜਿੰਗ ਜੀ ਪ੍ਰਤਾਪ ਬਾਜਵਾ ਜੀ ਔਰ ਸਾਡੇ ਇੰਚਾਰਜ ਹਰੀਸ਼ ਚੌਧਰੀ ਜੀ ਉਹ ਪੰਜਾਬ ਦੇ ਵਿੱਚ ਹਰ ਕੋਨੇ ਕੋਨੇ 'ਤੇ ਜਾ ਰਹੇ ਆ ਤਾਂ ਕਿ ਵੀ ਰਾਹੁਲ ਗਾਂਧੀ ਜੀ ਦੇ ਨਾਲ ਜੋ ਧੱਕਾ ਹੋ ਰਿਹਾ ਔਰ ਉਹ ਰਾਹੁਲ ਗਾਂਧੀ ਜੀ ਦੇ ਨਾਲ ਨਹੀਂ ਹੋ ਰਿਹਾ ਉਹ ਇੱਕ ਓਪੋਜੀਸ਼ਨ ਲੀਡਰ ਨਾਲ ਹੋ ਰਿਹਾ ਵਾ ਜਿਹੜੇ ਕਿ ਲੰਬੇ ਸਮੇਂ ਤੋਂ ਆਵਾਜ਼ ਚੱਕਦੇ ਆ ਰਹੇ ਆ ਇਹ ਦੇਸ਼ 'ਚ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਵਾ ਵੀ ਜਿਹੜਾ ਵੀ ਕੋਈ ਬੰਦਾ ਮੋਦੀ ਸਾਹਿਬ ਦੇ ਉਲਟ ਆਵਾਜ਼ ਚੱਕਦਾ ਵਾ ਉਹਨੂੰ ED CBI ਤੋਂ ਲੈ ਕੇ ਹਰ ਉਸ ਇੰਸਟੀਟਿਊਸ਼ਨ ਵੱਲੋਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਲੇਕਿਨ ਇਹ ਆਵਾਜ਼ ਐਵੇਂ ਨਹੀਂ ਦੱਬੂਗੀ ਇਹ ਜਿਹੜੀ ਆਵਾਜ਼ ਆ ਇਹ ਐਵੇਂ ਬੁਲੰਦ ਹੋਊਗੀ ਔਰ ਹੁਣ ਉਹ ਆਵਾਜ਼ ਜਿਹੜੀ ਰਾਹੁਲ ਗਾਂਧੀ ਜੀ ਚੱਕਦੇ ਸੀ ਉਹ ਪੰਜਾਬ ਦਾ ਹਰ ਨੌਜਵਾਨ ਜਿਹੜੇ ਸਵਾਲਾਂ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹਦੇ ਕਰਕੇ ਸਾਰੀ BJP ਉਹਨਾਂ ਦੇ ਮੰਤਰੀ ਉਹਨਾਂ ਦੇ ਮਗਰ ਪੈ ਜਾਂਦੇ ਆ ਉਹ ਸਾਰੇ ਸਵਾਲ ਹੁਣ ਪੰਜਾਬ ਦਾ ਨੌਜਵਾਨ ਮੋਦੀ ਜੀ ਤੋਂ ਇੱਕ ਰਿਟਨ ਪੋਸਟਕਾਰਡ ਰਾਹੀਂ ਉਹਨਾਂ ਤੱਕ ਭੇਜੂਗਾ ਔਰ ਇਹ ਸਵਾਲਾਂ ਦਾ ਜਵਾਬ ਦੇਣ 'ਤੇ ਉਹਨਾਂ ਨੂੰ ਮਜਬੂਰ ਕਰਾਂਗੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਦਬਾਈ ਉਹਨਾਂ ਨੇ ਰਾਹੁਲ ਗਾਂਧੀ ਜੀ ਨੂੰ ਜਿਸ ਤਰੀਕੇ ਨਾਲ ਸਸਪੈਂਡ ਕਰਕੇ ਡਿਸਕੁਆਲੀਫਾਈ ਕਰਕੇ ਜਿਹੜੀ ਉਹ ਤਸ਼ੱਦਦ ਕਰ ਰਹੇ ਆ ਭਾਵੇਂ ਉਹ ਉਹਨੂੰ ਉਹ ਕਾਨੂੰਨੀ ਪ੍ਰਤੀਕਿਰਿਆ ਰਾਹੀਂ ਕਹਿਣ ਜਾਂ ਉਹਨੂੰ ਜੋ ਮਰਜ਼ੀ ਕਹਿਣ ਲੇਕਿਨ ਉਸ ਦੇ ਨਾਲ ਉਹ ਜਿਹੜੇ ਸਵਾਲ 3 ਖੜੇ ਕੀਤੇ ਆ ਰਾਹੁਲ ਗਾਂਧੀ ਜੀ ਨੂੰ ਉਹ ਸਵਾਲ ਬੜੇ ਅਹਿਮ ਆ ਔਰ ਉਹ ਤੁਹਾਡੇ ਰਾਹੀਂ ਔਰ ਅਸੀਂ ਆਪਣੀ ਔਰਗਨਾਈਜੇਸ਼ਨ ਰਾਹੀਂ ਉਹ ਅਸੀਂ ਪੰਜਾਬ ਦੇ ਕੋਨੇ ਕੋਨੇ 'ਚ ਹਰ ਨੌਜਵਾਨ ਤੋਂ ਉਹਦੇ ਨਾਲ ਜਾ ਕੇ ਸੰਵਾਦ ਕਰਕੇ ਅਗਰ ਉਹਨੂੰ ਉਹ ਠੀਕ ਲੱਗੂਗਾ ਤਾਂ ਉਹ ਸਵਾਲ ਉਹ ਮੋਦੀ ਜੀ ਤੋਂ ਪੁੱਛੂਗਾ ਉਹ ਸਵਾਲ ਜੋ ਹੈ ਉਹ ਮੈਂ ਤੁਹਾਡੇ ਅੱਗੇ ਫਿਰ ਦੱਸ ਦਿੰਦਾ ਵਾਂ ਮੋਦੀ ਸਾਹਿਬ ਵੱਲੋਂ ਅੱਜ ਤੱਕ ਜਿਹੜੀ ਉਹਨਾਂ ਦੀ ਪਾਰਟੀ ਆ BJP ਨੂੰ ਉਹਨੂੰ ਅਡਾਨੀ ਨੇ ਕਿੰਨਾ ਫੰਡ ਦਿੱਤਾ ਇਹ ਸਵਾਲ ਪਾਰਲੀਮੈਂਟ 'ਚ ਪੁੱਛਿਆ ਗਿਆ ਸੀਗਾ ਜਿਹੜਾ ਅੱਜ ਤੱਕ ਇਹਨਾਂ ਨੇ BJP ਪਾਰਟੀ ਨੇ ਅੱਜ ਤੱਕ ਜਵਾਬ ਨਹੀਂ ਦਿੱਤਾ ਅੱਜ ਤੱਕ ਜਿੰਨੀ ਵਾਰ ਮੋਦੀ ਸਾਹਿਬ ਫੋਰਨ ਵਿਜ਼ਿਟਸ 'ਤੇ ਗਏ ਆ ਵੱਡੇ ਵੱਡੇ ਸਮਾਗਮ ਕੀਤੇ ਆ ਪ੍ਰੋਗਰਾਮ ਕੀਤੇ ਆ ਉਹਨਾਂ ਦੇ ਜਾਣ ਤੋਂ ਬਾਅਦ ਉਸ ਕੰਟਰੀ ਵੱਲੋਂ ਜਿਸ ਉਹ ਕੰਟਰੀ 'ਚ ਗਏ ਆ ਉੱਥੇ ਮੋਦੀ ਸਾਹਿਬ ਤੋਂ ਜਾਣ ਤੋਂ ਬਾਅਦ ਅਡਾਨੀ ਸਾਹਿਬ ਨੂੰ ਕਿੰਨੇ ਕੰਟਰੈਕਟ ਮਿਲੇ ਔਰ ਕਿੰਨੇ ਕਰੋੜਾਂ ਦੇ ਮਿਲੇ ਇਹਦਾ ਵੀ ਸਾਰਵਜਨਕ ਤੌਰ 'ਤੇ ਪਬਲਿਕ ਲੋਕਾਂ ਦੇ ਵਿੱਚ ਪਬਲਿਕ ਤਰੀਕੇ ਨਾਲ ਇਹਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਔਰ ਦੱਸਿਆ ਜਾਵੇ ਇੱਕ ਬੰਦਾ ਜਿਹੜਾ 609ਵੇਂ ਨੰਬਰ 'ਤੇ ਸੀ ਜਿਹੜੀ ਉਹ ਅਮੀਰਾਂ ਦੀ ਲਿਸਟ ਆਉਂਦੀ ਆ ਦੁਨੀਆ ਦੀ ਉਹ ਕਿਸ ਤਰੀਕੇ ਨਾਲ ਜਿਸ ਦਿਨ ਤੋਂ ਮੋਦੀ ਸਾਹਿਬ ਆਉਂਦੇ ਆ ਉਹ 609 ਨੰਬਰ ਤੋਂ ਲੈ ਕੇ ਸਿੱਧਾ ਹੀ ਉਹ ਦੂਜੇ ਨੰਬਰ 'ਤੇ ਪਹੁੰਚ ਜਾਂਦਾ ਵਾ ਇਹ ਕਿਹੜਾ ਫਾਰਮੂਲਾ ਵਾ ਜਿਹੜਾ ਹਿੰਦੁਸਤਾਨ ਪੰਜਾਬ ਦਾ ਨੌਜਵਾਨ ਇਹਨਾਂ ਤੋਂ ਪੁੱਛਣਾ ਚਾਹੁੰਦਾ ਵਾ ਤਾਂ ਕਿ ਉਹ ਫਾਰਮੂਲਾ ਅਪਣਾ ਕੇ ਉਹ ਵੀ ਆਪਣੇ ਇਨਕਮ ਦੇ ਵਿੱਚ ਇਜ਼ਾਫਾ ਕਰ ਸਕੇ ਆਹ 3 ਮੁੱਢਲੇ ਸਵਾਲ ਆ ਜਿਹੜੇ ਪੰਜਾਬ ਦਾ ਨੌਜਵਾਨ ਮੋਦੀ ਸਾਹਿਬ ਤੋਂ ਪੁੱਛੂਗਾ ਉਹਦੇ ਕਰਕੇ ਅਸੀਂ ਆਹ ਪੋਸਟਕਾਰਡ ਆ ਜਿਹੜਾ ਨੌਜਵਾਨ ਇਸ ਚੀਜ਼ ਨਾਲ ਸਹਿਮਤ ਹੋਊਗਾ ਉਹ ਮੋਦੀ ਸਾਹਿਬ ਨੂੰ ਇਹੀ ਸਵਾਲ ਐਜ਼ ਆ ਪ੍ਰਾਈਮ ਮਿਨਿਸਟਰ ਕਿਉਂਕਿ ਮੋਦੀ ਸਾਹਿਬ ਪ੍ਰੈਸ ਕਾਨਫਰੰਸ ਤਾਂ ਤੁਹਾਡੇ ਲੋਕਾਂ ਨਾਲ ਕਰਦੇ ਨਹੀਂ ਤੁਹਾਡੇ ਤੋਂ ਸਵਾਲ ਪੁੱਛਣ ਦਾ ਤੁਹਾਨੂੰ ਮੌਕਾ ਨਹੀਂ ਮਿਲਦਾ ਸੋ ਹੁਣ ਉਹ ਸਵਾਲ ਜਿਹੜਾ ਵਾ ਹਰ ਨੌਜਵਾਨ ਪੰਜਾਬ ਦਾ ਸਾਰੇ ਦੇਸ਼ ਦਾ ਆਹ ਪੋਸਟਕਾਰਡ ਦੇ ਰਾਹੀਂ ਆਹ ਜਿਹੜਾ ਪੋਸਟਕਾਰਡ ਅਸੀਂ ਬਣਾਵਾਂਗੇ ਇਹ ਪੋਸਟਕਾਰਡ ਰਾਹੀਂ ਇਸ ਤਰੀਕੇ ਦੇ ਨਾਲ ਇੱਕ ਭਾਵੇਂ ਇੰਸਟਾਗ੍ਰਾਮ ਫੇਸਬੁੱਕ ਮੋਦੀ ਸਾਹਿਬ ਉਹ ਵੀ ਯੂਜ਼ ਕਰਦੇ ਆ ਇਹਨਾਂ ਤਿੰਨੋਂ ਜ਼ਰੀਏ
ਜਿਹੜਾ ਸੋਸ਼ਲ ਮੀਡੀਆ 'ਤੇ ਬਹੁਤ ਮੋਦੀ ਸਾਹਿਬ ਛਾਏ ਰਹਿੰਦੇ ਆ, ਕਦੀ ਸ਼ੇਰ ਲੈ ਆਉਣਗੇ, ਕਦੀ ਚੀਤੇ ਲੈ ਆਉਣਗੇ, ਕਦੀ ਪੀਕੌਕ ਲੈ ਆਉਣਗੇ, ਕਦੀ ਕਈ ਕੋਈ ਮੋਰ ਲੈ ਆਉਣਗੇ। ਸੋ ਜਿਹੜਾ ਨੌਜਵਾਨਾਂ ਦਾ ਮੋਰ ਬਣਾਇਆ ਪਿਆ ਵਾ, ਜਿਹੜਾ ਅੱਜ ਨੌਜਵਾਨਾਂ ਦੇ ਜੋ ਹਾਲਾਤ ਕੀਤੇ ਪਏ ਆ, ਨੌਜਵਾਨ ਇਹ ਸਵਾਲ ਪੁੱਛਣਾ ਚਾਹੁੰਦਾ ਵਾ ਵੀ ਮੋਦੀ ਸਾਹਿਬ ਆਹ ਜਿਹੜੀ ਚੀਜ਼ਾਂ ਵਾ ਇਹ ਗੱਲ ਦਾ ਤੁਸੀਂ ਜਵਾਬ ਦਿਓ। ਇਹ ਸਾਡਾ ਕੰਪੇਨ ਲੁਧਿਆਣੇ ਤੋਂ ਅਸੀਂ ਆਪਣਾ ਕੀ ਕਹਿੰਦੇ ਪਹਿਲੇ ਦਿਨ ਅਸੀਂ ਪੋਸਟ ਕਾਰਡ ਜਿਹੜੀ ਮੁਹਿੰਮ ਆ ਉਹ ਸ਼ੁਰੂ ਕਰਾਂਗੇ ਔਰ ਮੋਦੀ ਜੀ ਤੋਂ ਜਿਹੜਾ ਵਾ ਇਹ ਜਵਾਬ ਮੰਗਾਂਗੇ। ਮੋਦੀ ਜੀ ਜਵਾਬ ਦਿਓ ਇਹ। ਹਾਂਜੀ, ਖੜਾ ਹੋ ਜਾਂਦੇ। ਇਸ ਕਰਕੇ ਤੁਹਾਨੂੰ ਗੱਲ ਕਹਿ ਰਹੇ ਹਾਂ, ਇਹ ਕੋਈ ਰਾਹੁਲ ਗਾਂਧੀ ਜੀ ਦੇ ਇੰਡੀਵਿਜੁਅਲ ਕੈਂਪੇਨ ਨਹੀਂ ਆ। ਰਾਹੁਲ ਗਾਂਧੀ ਜੀ ਇੱਕ MP ਆ, ਡਿਸਕੁਆਲੀਫਿਕੇਸ਼ਨ, ਅਸੀਂ ਕਾਨੂੰਨ ਪ੍ਰਤੀਕਿਰਿਆ ਦੀ ਗੱਲ ਕਰਦੇ ਹਾਂ, ਲੇਕਿਨ ਇਹ ਸਾਰੀ ਗੱਲ ਡਿਸਕੁਆਲੀਫਿਕੇਸ਼ਨ ਵਿੱਚ ਜਿਹੜੇ ਸਵਾਲ ਵਾਰ ਵਾਰ ਪਿੱਛੇ ਛੁੱਟ ਰਹੇ ਆ ਔਰ ਜਿਹੜੇ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਜਾਂਦਾ, ਮੁੱਦੇ ਨਾ ਪਿੱਛੇ ਛੁੱਟ ਜਾਣ, ਕਿਉਂਕਿ ਉਹ ਦੇਸ਼ ਦਾ ਮੁੱਦਾ ਵਾ, ਦੇਸ਼ ਦੀ ਸੰਪੱਤੀ ਆ, ਦੇਸ਼ ਦਾ ਪੈਸਾ ਵਾ, ਨੌਜਵਾਨਾਂ ਦਾ, ਲੋਕਾਂ ਦਾ, ਆਮ ਲੋਕਾਂ ਦੀ ਉਹ ਗੱਲ ਆ। ਸੋ ਮੈਂ ਫਿਰ ਤੁਹਾਨੂੰ ਕਹਿੰਦਾ ਇਹ ਰਾਹੁਲ ਗਾਂਧੀ ਜੀ ਨੂੰ ਲੈ ਕੇ ਡਿਸਕੁਆਲੀਫਿਕੇਸ਼ਨ ਨੂੰ ਲੈ ਕੇ ਨਹੀਂ ਆ, ਇਹ ਮੋਦੀ ਸਾਹਿਬ ਤੋਂ ਜਿਹੜੇ ਸਵਾਲ ਰਾਹੁਲ ਜੀ ਪੁੱਛ ਰਹੇ ਸੀ, ਜਿਹੜੇ ਉਹਨਾਂ ਦੀ ਇਕੱਲੀ ਆਵਾਜ਼ ਸੀ, ਅੱਜ ਹੁਣ ਹਰ ਨੌਜਵਾਨ ਤੋਂ ਇਹ ਸਵਾਲ ਪੁਛਾਏ ਜਾਣਗੇ ਤਾਂ ਕਿ ਜਿਹੜਾ ਇਹ ਕਾਰਪੋਰੇਟਾਈਜੇਸ਼ਨ ਜਿਸ ਤਰੀਕੇ ਦੀ ਹੋ ਚੁੱਕੀ ਆ ਉਹਦੇ ਖਿਲਾਫ ਅਸੀਂ ਇੱਕ ਮੁਹਿੰਮ ਖੜੀ ਕਰ ਸਕੀਏ। ਔਰ ਆਮ ਨੌਜਵਾਨ ਜਿਹੜਾ ਇਹ ਫਾਰਮੂਲਾ ਲੱਭਣਾ ਚਾਹੁੰਦਾ ਵਾ ਅਮੀਰ ਹੋਣ ਦਾ, ਜਿਹੜਾ ਮੋਦੀ ਸਾਹਿਬ ਦੇ ਮੋਡਾਨੀ ਦੇ ਤਹਿਤ ਜਿਹੜਾ ਇਹ ਮੋਡਾਨੀ ਪਾਰਟਨਰਸ਼ਿਪ ਬਣ ਚੁੱਕੀ ਆ ਔਰ ਜਿਹਦੇ ਤਹਿਤ ਇਹ ਦੇਸ਼ ਦੇ ਵਿੱਚ ਇਹ ਮਾਹੌਲ ਬਣਿਆ ਪਿਆ, ਇਸ ਚੀਜ਼ ਨੂੰ ਲੈ ਕੇ ਅਸੀਂ ਇਹ ਕੈਂਪੇਨ ਸ਼ੁਰੂ ਕਰਾਂਗੇ। ਇਹ ਸਾਡੀ ਤੁਹਾਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਆਪਣੇ ਚੈਨਲਾਂ ਰਾਹੀਂ, ਮੀਡੀਆ ਰਾਹੀਂ, ਆਪਣੇ ਆਰਗਨਾਈਜੇਸ਼ਨਸ ਰਾਹੀਂ ਜਿਹੜੀ ਤੁਹਾਡੀ ਇੱਡੀ ਤੁਸੀਂ ਅੱਗੇ ਕਰਦੇ ਹੋ ਇਹਨੂੰ ਤੁਸੀਂ ਅੱਗੇ ਤੱਕ ਪਹੁੰਚਾਓ। ਇਸ ਤੋਂ ਇਲਾਵਾ ਤੁਹਾਡੇ ਕੋਈ ਸਵਾਲ ਹੋਣਗੇ ਜਦੋਂ ਸ਼ੁਰੂ ਕਰਨ ਜਾ ਰਹੇ ਹਾਂ, ਇੱਕ ਥੋੜ੍ਹਾ ਜਿਹਾ ਮੈਨੂੰ ਦੁਬਾਰਾ ਕਿ ਜਿਹੜਾ ਪੋਸਟ ਕਾਰਡ ਤੁਹਾਡਾ, ਇਹ ਪੋਸਟ ਕਾਰਡ ਭੇਜੋਗੇ ਕੀ ਕਰਨਾ, ਇਹ ਕੋਈ ਛੋਟਾ ਜਿਹਾ ਅਪਡੇਟ ਕਦੋਂ ਸ਼ੁਰੂ ਕਰਨਾ? ਅਸੀਂ ਅੱਜ ਤੋਂ ਹੀ ਇਹ ਪ੍ਰੋਗਰਾਮ ਸ਼ੁਰੂ ਆ ਲੁਧਿਆਣੇ ਤੋਂ ਇਹਦੀ ਅਫੀਸ਼ੀਅਲ ਜਿਹੜੀ ਇੱਕ ਲਾਂਚਿੰਗ ਆ, ਮਤਲਬ ਅੱਜ ਤੋਂ, ਮਤਲਬ ਅੱਜ ਇੱਥੇ ਮੀਡੀਆ ਤੋਂ ਪਹੁੰਚ ਕੇ ਆਪਣਾ ਕਹਿੰਦੇ ਕੱਲ੍ਹ ਤੋਂ ਅਸੀਂ ਇਹ ਲੁਧਿਆਣੇ ਤੋਂ ਪ੍ਰੋਗਰਾਮ ਇਹ ਲਾਂਚ ਕਰਾਂਗੇ। ਹਾਂਜੀ, ਇਹ ਪ੍ਰੋਗਰਾਮ ਇਹ ਜਿਹੜੀ ਯੂਥ ਕਾਂਗਰਸ ਦੀ ਜ਼ਿੰਮੇਵਾਰੀ ਲੱਗੀ ਆ, ਜਿਹੜੀ ਨੌਜਵਾਨਾਂ ਤੱਕ ਸੰਪਰਕ ਕਰਕੇ ਜਿਹੜੇ ਨੌਜਵਾਨਾਂ ਨੇ ਇਹ ਜਿਹੜਾ ਪ੍ਰੋਗਰਾਮ ਆ ਇਹ ਉੱਥੋਂ ਲਾਂਚ ਹੋਣਾ ਵਾ ਔਰ ਉਹੀ ਹਰ ਪੱਧਰ ਦੇ ਉੱਤੇ ਵੱਖਰੀ ਵੱਖਰੀ ਜ਼ਿੰਮੇਵਾਰੀਆਂ ਲੱਗੀਆਂ ਹੋਈਆਂ। AICC ਦੇ ਲੀਡਰ MP ਸਾਹਿਬਾਨ ਇੱਕ ਪ੍ਰੋਗਰਾਮ ਕਰ ਰਹੇ ਆ, ਆਪਣਾ ਕੀ ਕਹਿੰਦੇ ਹਰੀਸ਼ ਜੀ, ਰਾਜਾ ਜੀ, ਪ੍ਰਤਾਪ ਬਾਜਵਾ ਜੀ ਇਹ ਇੱਕ ਪ੍ਰੋਗਰਾਮ ਕਰ ਰਹੇ ਔਰ ਯੂਥ ਕਾਂਗਰਸ ਵੱਲੋਂ ਇਹ ਪ੍ਰੋਗਰਾਮ ਜਿਹੜਾ ਵਾ ਜਦ ਤੱਕ, ਕਿਉਂਕਿ ਹਾਲੇ ਸਾਡੀ ਇਲੈਕਸ਼ਨ ਚੱਲ ਰਹੀ ਆ ਔਰ ਨਵੇਂ ਪ੍ਰਧਾਨ ਆਉਣ ਤੱਕ ਟਾਈਮ ਆ, ਸੋ ਉਸ ਤੱਕ ਜਦ ਤੱਕ ਉਹ ਨਵੇਂ ਪ੍ਰਧਾਨ ਜੀ ਜਦ ਤੱਕ ਨਹੀਂ ਆਉਂਦੇ ਉਦੋਂ ਤੱਕ ਇਹ ਜਿਹੜੀ ਜ਼ਿੰਮੇਵਾਰੀ ਆ ਉਹ ਯੂਥ ਕਾਂਗਰਸ ਦੇ ਵੱਲੋਂ ਮੈਂ ਇਸ ਤੌਰ ਨੂੰ ਨਿਭਾਊਂਗਾ। ਔਰ ਇਹਦੇ ਨਾਲ ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ, 4 ਲੱਖ ਦੇ ਕਰੀਬ ਸਾਡੇ ਆਲਰੇਡੀ ਪੰਜਾਬ ਦੇ ਵਿੱਚ ਨੌਜਵਾਨ ਨੇ ਯੂਥ ਕਾਂਗਰਸ ਦੇ ਫੋਰਮ ਭਰ ਚੁੱਕੇ ਆ, ਮੈਂਬਰਸ਼ਿਪ ਦੇ ਤਹਿਤ ਵੋਟ ਪਾ ਚੁੱਕੇ ਆ, ਉਹ ਇੱਕ ਬੜਾ ਵੱਡਾ ਹੁੰਗਾਰਾ ਵਾ। ਉਮੀਦ ਕਰਦੇ ਹਾਂ ਵੀ ਉਹ ਜਿੰਨੇ ਮੈਂਬਰ, ਜਿੰਨੇ ਵੋਟਰ ਬਣੇ ਆ, ਜਿਨ੍ਹਾਂ ਨੇ ਵੋਟ ਵੀ ਪਾਈ ਆ, ਯੂਥ ਕਾਂਗਰਸ ਦੇ ਵਿੱਚ ਆਪਣਾ ਵਿਸ਼ਵਾਸ ਵੀ ਜਿਤਾਇਆ ਵਾ, ਉਹ ਸਾਰੇ ਵੀ ਇਸ ਮੁਹਿੰਮ ਦੇ ਨਾਲ ਜੁੜ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦਾ ਨੌਜਵਾਨ ਮੋਦੀ ਸਾਹਿਬ ਨੂੰ ਇਹ ਜਿਹੜਾ ਸਵਾਲ ਆ ਉਹ ਪੁੱਛੇ ਜਾਣ। ਕੱਲ੍ਹ ਸ਼ਾਮ ਨੂੰ ਉੱਥੋਂ ਲਾਂਚ ਕਰਾਂਗੇ ਜੀ, ਆਪਣਾ ਲੁਧਿਆਣੇ ਦੇ ਵਿੱਚੋਂ ਅਰਾਊਂਡ ਆਪਣਾ 5:30 ਦੇ ਆਸ ਪਾਸ ਟਾਈਮ ਫਿਕਸ ਹੋ ਜੂਗਾ, ਮਤਲਬ ਦੁਪਹਿਰ ਸ਼ਾਮ ਦਾ ਹੀ ਟਾਈਮ ਹੋਊਗਾ ਔਰ ਉਸ ਤੋਂ ਬਾਅਦ ਇੱਕ ਮਸ਼ਾਲ ਮਾਰਚ ਵੀ ਉੱਥੋਂ ਲੁਧਿਆਣੇ ਦੇ ਵਿੱਚੋਂ ਅਸੀਂ ਕੱਲ੍ਹ ਕੱਢਾਂਗੇ। ਉਸ ਤੋਂ ਬਾਅਦ ਪੋਸਟ ਕਾਰਡ ਵੰਡ ਕੇ ਫਿਰ ਸ਼ਾਮ ਨੂੰ ਜਿਹੜਾ ਵਾ ਉਸ ਤੋਂ ਬਾਅਦ ਮਸ਼ਾਲ ਮਾਰਚ ਵੀ ਕੱਢੀ ਜਾਂਦੀ। ਤੁਹਾਡੇ ਉੱਤੇ ਇਸੇ ਮਸਲੇ ਲੈ ਕੇ ਭਾਜਪਾ ਵਾਲੇ ਕਹਿੰਦੇ ਆ ਕਿ ਜਦੋਂ ਕਾਂਗਰਸ ਸੀ ਤਾਂ ਕਾਂਗਰਸ ਦਾ ਅਡਾਨੀ ਚੰਗਾ ਸੀ, ਅੱਜ ਅਡਾਨੀ ਜੇ ਭਾਜਪਾ ਸਰਕਾਰ ਨਾਲ ਤਾਂ ਅਡਾਨੀ ਬਣ ਗਿਆ। ਇਹ ਕਾਂਗਰਸ ਔਰ ਭਾਜਪਾ ਦੀ ਗੱਲ ਦੇ ਵਿੱਚੋਂ ਬਾਹਰ ਨਿਕਲ ਕੇ ਆਹ ਜਿਹੜੇ 3 ਸਵਾਲ ਆ, ਅਗਰ ਇਹਨਾਂ ਦਾ ਜਵਾਬ ਦੇ ਦੇਣ ਸਾਡੇ ਤੋਂ ਸਵਾਲ ਪੁੱਛ ਲੈਣ, ਕਿੰਨਾ ਰੁਪਈਆ ਅਡਾਨੀ ਸਾਹਿਬ ਨੇ BJP ਨੂੰ ਫੰਡ ਕਰਨ ਵਾਸਤੇ ਦਿੱਤਾ, ਕਿੰਨੇ ਕੰਟਰੈਕਟ ਅਡਾਨੀ ਸਾਹਿਬ ਨੂੰ ਫੋਰਨ ਕੰਟਰੀਜ਼ ਜਾ ਕੇ ਮਿਲੇ ਔਰ ਉਹਨਾਂ ਦਾ ਜਿਹੜਾ ਪੱਕੇ ਦੋਸਤ ਆ ਅਡਾਨੀ ਸਾਹਿਬ ਉਹ 609 ਨੰਬਰ ਤੋਂ ਦੂਜੇ ਨੰਬਰ ਤੋਂ ਕਿਵੇਂ ਆ ਗਏ? ਇਹਦੇ ਵਿੱਚ ਭਾਜਪਾ ਔਰ ਕਾਂਗਰਸ ਦਾ ਕੋਈ ਤਾਲਮੇਲ ਹੀ ਨਹੀਂ ਰਹਿ ਜਾਂਦਾ ਇਹਦੇ ਵਿੱਚ। ਤਾਂ ਭਾਜਪਾ ਅਗਰ ਉਹਨਾਂ ਨੂੰ ਲੱਗਦਾ ਕੋਈ ਸਾਡਾ ਹੈਗਾ ਤੁਸੀਂ ਦੱਸ ਦਿਓ ਜੋ ਕੁਛ ਦੱਸਣਾ ਚਾਹੁੰਦੇ ਹੋ, ਲੇਕਿਨ ਆਹ ਮੁੱਢਲੇ ਸਵਾਲਾਂ ਤੋਂ ਧਿਆਨ ਨੂੰ ਡਾਇਵਰਟ ਨਾ ਕੀਤਾ ਜਾਵੇ। ਨਵਜੋਤ ਸਿੰਘ ਸਿੱਧੂ ਬਾਹਰ ਆ ਗਏ ਨੇ, ਕਿਵੇਂ ਦੇਖਦੇ ਹੋ? ਜਿਹੜਾ ਰੌਲਾ ਉਹਨਾਂ ਦੇ ਅੰਦਰ ਜਾਣ ਵੇਲੇ ਚੱਲ ਰਿਹਾ ਸੀ ਉਹ ਰੌਲਾ ਨਿਬੜ ਜਾਏਗਾ, ਜਦਕਿ ਨਿਬੜਦਾ ਨਜ਼ਰ ਨਹੀਂ ਆਇਆ ਤਸਵੀਰਾਂ ਦੇ ਵਿੱਚ, ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਨ ਵਾਲੇ ਲੀਡਰਾਂ ਦੇ ਵਿੱਚ, ਚਾਹੇ ਤੁਹਾਡੇ ਹੱਥ ਦੀਗਾ ਮਾਰ ਲਈਏ, ਰਾਜਾ ਵੜੇ ਵਾਲੇ ਦੀਗਾ ਮਾਰ ਲਈਏ, ਹੋਰ ਵੱਡੇ ਲੀਡਰਾਂ ਵਾਲੇ ਦੀਗਾ ਮਾਰ ਲਈਏ, ਤਾਂ ਉਹ ਜਿਹੜਾ ਰੌਲਾ ਛੱਡ ਕੇ ਗਏ ਸੀ ਉਹ ਰੌਲਾ ਜਿਉਂਦਾ ਤਿਉਂ ਹੀ ਨਜ਼ਰ ਆ ਰਿਹਾ। ਯੂਥ ਕਾਂਗਰਸ ਨੂੰ ਕੀਤਾ ਦੇਖ
देखो जिवें तुसीं क्या कैवें वेखदे हो, जिवें तुसीं वेखदे हो मैं असीं वेखदे हां, जेल चो बाहर आए तुसीं भी वेखिया असीं भी वेखिया। नहीं नहीं मेरी तुहानूं बेनती आ, पहले तो प्रेस कॉन्फ्रेंस खैर इस मुद्दे पर आ, बट सवालों नूं लै लेना चाहिए, कोई हर्ज नहीं हुंदा, बट तुसीं साडा इह मुद्दा ना भटका दिओ कि मैं मतलब ये मुद्दे नूं जरूर हाईलाइट कर। तुसीं इस चीज़ नूं यूनाइटेड नूं तुहाडी डेफिनेशन पता नहीं क्यों आ, अगर नवजोत सिद्धू जी नहीं कह रहे, नवजोत सिद्धू जी कह रहे आ भी राहुल गांधी जी जिहड़ी आंधी चल रही आ राहुल गांधी का मुद्दा वो चक रहे आ, उही राजा वड़िंग जी वो मुद्दा चक रहे आ, उही असी मुद्दा चक रहे आ, सो इस मुद्दे के उत्ते तो सारे ही कट्ठे आ। जो प्रधानमंत्री जी नवजोत सिद्धू तुहाडे घर वाले पासे भी वो भलवानी खड़ा जदों मारिया सी सारे, हाँ जी हाँ जी, राजा वड़िंग जी भी अज सारयां नूं जा रहे आ, प्रधान का फर्ज हुंदा। की लगदा क्यों जिहड़ी चीज़ां अंदर खटास है जिहड़ी उत्तों? देखो तुसीं इंटरव्यू लैनी आ, जे देणगे तो उदों तुसीं पुछ लिओ भी खटास, साढ़े वालों कोई खटास नहीं है, तुसीं जदों इंटरव्यू लोगे पुछ लाँगे, उदों तुसीं भी गड्डी आवां स्पीड नाल ही पिछे पिछे लाई फिरदे सीगे, उस प्रधान के पिछे सब ने जाना हुंदा, पार्टी दे विच कोई उहदे विच कोई लंबी चौड़ी गल नहीं आ। तुसीं अपने नज़रिए थोड़े जिहे इस चीज़ नूं बदलो, डिफरेंस ऑफ ओपीनियन जरूर हुंदा वा, कितें किसी मुद्दे के उत्ते डिफरेंस ऑफ ओपीनियन आ, जिवें अज भी पार्टी के ईवन अगर तुसीं कहो भी अमृतपाल नूं लैके और जिहड़े अज नौजवानां नूं लैके उहदे विच डिफरेंस ऑफ ओपीनियन हैगा वा कई गल्लां दे उत्ते। देखो डिफरेंस ऑफ ओपीनियन पार्टी के अंदर रहे तो वधिया वा, तुहाडे तक तुसीं लोग उन्हूं ना ज़्यादा वड्डा चढ़ा करो। सो मैं तुहानूं फिर दोबारा क्लीयरली कहना, नवजोत सिद्धू जी दे नाल पार्टी दे वड्डे लीडर आ, पार्टी दे नहीं देश दे विच उन्हां दी इक अपनी अपील आ, और पार्टी दे वल्लों उन्हां नूं इस चीज़ का जिहड़ा एक आपां फायदा लै सकदे आ, पार्टी नूं उन्हां दा अपील दा लैणा चाहीदा, क्योंकि जदों कहिंदे आ भावें तुसीं हो भावें लोक हो उन्हां नूं सुणदे आ, और अज जिहड़े मुद्दियां दी राजनीति आ मैनूं लगदा कि जो सिद्धू दी कांग्रेस नूं बहुत जरूरत आ और उन्हां नूं नाल लै के तुसीं मजबूत हो सकदे हो। ऐसा नहीं कोई ऐड करांगे, तुसीं क्या जिहड़ा फायदा लै सकदे आ, फायदे दी ही गल है कि क्यों पहले यही तां कह रहे, पहले भी लोग कहंदे सी मेरा सिर्फ मेरे शो पीस ना बनाया जावे। मैं तुहानूं फिर उही गल कह दिंदा, मैं दोबारा रिपीट करदा, नवजोत सिद्धू जी बड़े काबल और बड़े योग लीडर आ, नवजोत सिंह सिद्धू जी दा जो फायदा पंजाब लै सकदा, जो फायदा मीडिया लै सकदा, जो फायदा पार्टी लै सकदी आ, उन्हां दा सब नूं उह फायदा लैणा चाहीदा वा। ये फायदा लैणा कोई अडानी वर्गा फायदा तो लै नहीं रहे असीं भी एकदम वो कर रहे हैं, लेकिन ये कहन तो सिर्फ इन्ना क भाव आ, तुसीं इस चीज़ दे विच प्लीज़ मेरी बेनती आ भी हाले वो जेल तो आए आ, राजा वड़िंग जी उन्हां दा वैलकम कर रहे आ, के सी वेणुगोपाल जी तो लैके सारे लीडर उन्हां दा इज्जत कर रहे आ, और हुण टाइम आ जदों नवजोत सिंह सिद्धू जी पार्टी नूं वापस जिहड़े उन्हां नूं अहुदे मिले, जिहड़े उन्हां नूं मान सम्मान मिलिया, जो कुछ मिलिया वो पार्टी दे विच अज रह के पार्टी की सेवा करके पंजाब दे विच जो वो एजेंडा अपना रखना चाहते आ उन्हूं वधिया तरीके नाल रखण, ताकि असी सारे इस मुद्दे नूं अगे लैके जा सकीए। और ये प्लीज़ बेनती आ भी किसी का डिफरेंस ऑफ ओपीनियन नूं आपां भी ज़्यादा हाईलाइट ना करिए, वो डिफरेंस ऑफ ओपीनियन आ, डिफरेंस ऑफ कोई वो पार्टी के मुद्दे के उत्ते कुछ नहीं हैगा, ये बिल्कुल बिल्कुल बेबुनियाद गल्लां वा। इन्हां नूं होगी गल हूँ अगली, इस तो अलावा भी कुछ है तो आप गल करिए, क्योंकि मेरी भी तुहानूं बेनती आ तुसीं भी थोड़ा जिहा इस चीज़ संयम रख्या करो, और इहदे नाल पंजाब दे मुद्दियां दे उत्ते आपां डिस्कशन रखिए, किसी परसनैलिटी दे उत्ते डिस्कशन रखन दा ना पंजाब नूं कोई फायदा, ना जो हालात आ उन्हां नूं कोई फायदा, और इस राजनीति दे विच आपां अगे नूं वधीए।